काज सवारे तुमरे काज सवारे तुमरे काज सवारे तुमरे काज सवारे सतगुरु तुमरे काज सवारे सतगुरु तुमरे काज सवारे दुष्ट दूत परमेश्वर मारे जन की पैद रखी करतारे जन की पैद रखी करतारे गुरु सतनाम सतनाम जी वाहे गुरु
بول را جی ہر سجن سوامی مورا Oh, my God.
ਉਪਮਾ ਤੇ ਸੀ ਕਿ ਉਹ ਮੇਰੇ ਵਾਹਿਗੁਰੂ ਦਾ ਸੁਭਾਅ ਕਿਹੋ ਜਿਹਾ ਹੈ ਉਹ ਮੇਰਾ ਅਕਾਲ ਪੁਰਖ ਜਿਸਦਾ ਹਿਰਦਾ ਕਿਹੋ ਜਿਹਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸਮਰ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਦੂਸਰਾ ਸ਼ਬਦ ਜੋ ਪੜ੍ਹਨ ਜਾ ਰਿਹਾ ਹਾਂ ਇਹ ਵੀ ਅਕਾਲ ਪੁਰਖ ਦੀ ਉਸਤਤ ਤੇ ਹੈ ਸ਼ਬਦ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲ ਸ਼ਬਦ ਦੇ ਅਖਰੀ ਅਰਥ ਸਾਂਝੇ ਕਰ ਲਈਏ ਤਾਂ ਕਿ ਜਪਣਾ ਸੌਖਾ ਸਰਲ ਹੋ ਜਾਵੇ ਭਗਤ ਨਾਮਦੇਵ ਜੀ ਨੂੰ ਅਕਾਲ ਪੁਰਖ ਦੇ ਬੇਅੰਤ ਵਾਰ ਦਰਸ਼ਨ ਹੋਏ ਇੱਕ ਵਾਰ ਦੁਆਰਕਾ ਨਗਰੀ ਦੇ ਨੇੜੇ ਦਰਸ਼ਨ ਹੋਏ ਜੋ ਕਿ ਅਕਾਲ ਪੁਰਖ ਨੇ ਸਿਰ ਤੇ ਪੱਗ ਬੰਨੀ ਹੋਈ ਸੀ ਦਸਤਾਰ ਬੰਨੀ ਹੋਈ ਸੀ ਇੱਕ ਪਠਾਨ ਦੇ ਰੂਪ ਵਿੱਚ ਭਗਤ ਨਾਮਦੇਵ ਜੀ ਨਾਲ ਬਚਨ ਬਿਲਾਸ ਹੋਏ ਤਾਂ ਭਗਤ ਜੀ ਪਛਾਣ ਗਏ ਕਿ ਆਪ ਅਕਾਲ ਪੁਰਖ ਹਨ ਜਦੋਂ ਅਕਾਲ ਪੁਰਖ ਨੂੰ ਪਛਾਣ ਲਿਆ ਤੇ ਅਕਾਲ ਪੁਰਖ ਦੀ ਉਪਮਾ ਕਰਨ ਲੱਗੇ ਸ਼ਬਦ ਉਚਾਰਿਆ ਹੱਲੇ ਯਾਰਾਂ ਖੁਸ਼ਖਬਰੀ ਹੇ ਮਿੱਤਰ ਹੇ ਦੋਸਤ ਹੱਲੇ ਯਾਰਾਂ ਖੁਸ਼ਖਬਰੀ ਹੇ ਮਿੱਤਰ ਹੇ ਦੋਸਤ ਤੁਹਾਡੀਆਂ ਕਥਾ ਕਹਾਣੀਆਂ ਸੁਣ ਕੇ ਤੁਹਾਡੀਆਂ ਖੁਸ਼ੀ ਦੀਆਂ ਖਬਰਾਂ ਸੁਣ ਕੇ ਮੇਰੇ ਹਿਰਦੇ ਅੰਦਰ ਠੰਡ ਪੈ ਜਾਂਦੀ ਹੈ ਮੇਰੇ ਹਿਰਦੇ ਨੂੰ ਸਕੂਨ ਮਿਲ ਜਾਂਦਾ ਹੈ ਹੱਲੇ ਯਾਰਾਂ ਖੁਸ਼ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਮੈਂ ਤੇਰੇ ਤੋਂ ਬਲ ਬਲ ਜਾਂਦਾ ਹਾਂ ਸਦਕੇ ਕੁਰਬਾਨ ਜਾਂਦਾ ਹਾਂ ਨੀਕੀ ਤੇਰੀ ਬਗਾਰੀ
ਆਲੇ ਤੇਰਾ ਨਾਮ ਨਿੱਕੀ ਤੋਂ ਭਾਵ ਮਿੱਠੀ ਬਗਾਰੀ ਤੋਂ ਭਾਵ ਵਗਾਰ ਹੇ ਮਿੱਤਰ ਜੋ ਤੂੰ ਸਾਨੂੰ ਵਗਾਰ ਪਾਈ ਹੋਈ ਹੈ ਗ੍ਰਸਤ ਜੀਵਨ ਦੀ ਬੜੀ ਚੰਗੀ ਲੱਗ ਰਹੀ ਹੈ ਮਿੱਠੀ ਲੱਗ ਰਹੀ ਹੈ ਆਲੇ ਤੇਰਾ ਨਾਮ ਅਤੇ ਜਿਹੜਾ ਤੇਰਾ ਨਾਮ ਹੈ ਬੜਾ ਆਲਾ ਹੈ ਬੜਾ ਉੱਤਮ ਹੈ ਕੁਝਾ ਆਮਦ ਕੁਝਾ ਰਫਤੀ ਕੁਝਾ ਮੇਰਵੀ ਕਿੱਥੇ ਗਏ ਸੋ ਕਿੱਥੋਂ ਆਏ ਹੋ ਅਤੇ ਕਿੱਥੇ ਜਾ ਰਹੇ ਹੋ ਦੁਆਰਕਾ ਨਗਰੀ ਰਾਸ ਬਗੋਈ ਜੋ ਕ੍ਰਿਸ਼ਨ ਭਗਵਾਨ ਦੀ ਨਗਰੀ ਹੈ ਉਸ ਵੱਲ ਜਾ ਰਹੇ ਹੋ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੀ ਕੇ ਮੰਗੋਲ ਹੇ ਮਿੱਤਰ ਜੋ ਤੁਸੀਂ ਸਿਰ ਤੇ ਦਸਤਾਰ ਬੰਨੀ ਹੋਈ ਹੈ ਪੱਗ ਬੰਨੀ ਹੋਈ ਹੈ ਬੜੀ ਸੁੰਦਰ ਹੈ ਭਾਵ ਤੁਹਾਡਾ ਸਰੂਪ ਬਹੁਤ ਸੁੰਦਰ ਹੈ ਜੋ ਤੁਸੀਂ ਵਚਨ ਕਰ ਰਹੇ ਹੋ ਬੜੇ ਮਿੱਠੇ ਹਨ ਬੜੇ ਸੁਰੀਲੇ ਹਨ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਪਰ ਇੱਕ ਗੱਲ ਦੱਸੋ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਮੰਗੋਲ ਤੋਂ ਭਾਵ ਮੁਗਲ ਮੁਸਲਮਾਨ ਤੁਸੀਂ ਦੁਆਰਕਾ ਨਗਰੀ ਦੇ ਮੁਗਲ ਤਾਂ ਨਹੀਂ ਲੱਗਦੇ ਦੁਆਰਕਾ ਨਗਰੀ ਦੇ ਮੁਸਲਮਾਨ ਤਾਂ ਨਹੀਂ ਲੱਗਦੇ ਕਿਉਂਕਿ ਪਛਾਣ ਲਿਆ ਸੀ ਕਿ ਆਪ ਅਕਾਲ ਪੁਰਖ ਹਨ ਤੇ ਭਗਤ ਨਾਮਦੇਵ ਜੀ ਅਕਾਲ ਪੁਰਖ ਦੀ ਪੁਸਤਕ ਕਰ ਰਹੇ ਹਨ ਆਓ ਜੁੜੀਏ ਖੂਬ ਤੇਰੀ ਪਗੜੀ ਮਿੱਠੀ ਤੇਰੇ ਖੂਬ ਤੇਰੀ ਪਗੜੀ ਮਿੱਠੀ ਤੇਰੇ ਬਿਗਾਰੀ
I'm a genie, but I'm not.
ਹੈ ਤੇਰੀ ਹੋਰ ਤੇਰੀ ਪਗਲੀ ਵੀ ਮੇਰੇ ਦੇਵੋ ਤੇਰੀ ਪਗਲੀ ਵੀ ਹੈ ਤੇਰੀ ਹੋਰ ਤੇਰੀ ਪਗਲੀ ਵੀ ਹੈ ਤੇਰੀ ਹੋਰ ਤੇਰੀ ਪਗਲੀ ਵੀ ਹੈ ਤੇਰੀ ਹੋਰ ਪਾਣੀ ਵਿੱਚੋਂ ਹੈ ਸ਼ਬਦ ਹੈ ਪੀ ਤੇਰੀ ਕੀਮਤ ਨਾ ਪਵੇ ਹੋਂ ਕੇਵਟ ਆਖਾਂ ਨਾਓ ਜਿਵੇਂ ਪਹਿਲੇ ਸ਼ਬਦ ਅਕਾਲ ਪੁਰਖ ਦੀ ਉਸਤਤ ਤੇ ਸਨ ਇਹ ਤੀਸਰਾ ਸ਼ਬਦ ਵੀ ਅਕਾਲ ਪੁਰਖ ਦੀ ਉਸਤਤ ਤੇ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਅੰਦਰ ਦਰਸਾ ਰਹੇ ਹਨ ਕਿ ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਲਿਆ ਜਾ ਸਕਦਾ ਜੇ ਕੋਈ ਚਾਹੇ ਕਿ ਮੇਰੀ ਕਰੋੜਾਂ ਸਾਲ ਉਮਰ ਹੋ ਜਾਏ ਤੇ ਫਿਰ ਮੈਂ ਉਸਨੂੰ ਜਪ ਜਪ ਕੇ ਉਸਦਾ ਅੰਤ ਲੈ ਲਵਾਂ ਤਾਂ ਇਹ ਨਹੀਂ ਹੋ ਸਕਦਾ ਜੇ ਕੋਈ ਚਾਹੇ ਮੈਂ ਆਪਣੇ ਸਰੀਰ ਦਾ ਅੰਗ ਅੰਗ ਕੱਟ ਕੇ ਅੱਗ ਵਿੱਚ ਸਾੜ ਕੇ ਤਾਂ ਉਸਦਾ ਅੰਤ ਲੈ ਲਵਾਂ ਤਾਂ ਇਹ ਨਹੀਂ ਹੋ ਸਕਦਾ ਜੇ ਕੋਈ ਚਾਹੇ ਮੈਂ ਪੰਛੀ ਬਣ ਕੇ ਅਸਮਾਨ ਵਿੱਚ ਬਿਨਾਂ ਖਾਧੇ ਪੀਤੇ ਤੋਂ ਕਰੋੜਾਂ ਸਾਲ ਘੁੰਮਦਾ ਰਵਾਂ ਤਾਂ ਉਸਨੂੰ ਲੱਭ ਲਵਾਂ ਇਹ ਨਹੀਂ ਹੋ ਸਕਦਾ ਜੇ ਕੋਈ ਚਾਹੇ ਕਿ ਮੈਂ ਦੁਨੀਆਂ ਦੇ ਗ੍ਰੰਥ ਪੜ੍ਹ ਕੇ ਚਾਰੇ ਵੇਦ ਪੜ੍ਹ ਕੇ ਦੁਨੀਆਂ ਦੀਆਂ ਕਿਤਾਬਾਂ ਪੜ੍ਹ ਕੇ ਉਸਦਾ ਅੰਤ ਪਾ ਲਵਾਂ ਤਾਂ ਇਹ ਨਹੀਂ ਹੋ ਸਕਦਾ ਉਸ ਅਕਾਲ ਪੁਰਖ ਦਾ ਅੰਤ ਨਹੀਂ ਲਿਆ ਜਾ ਸਕਦਾ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀਵਾਨ ਲੱਗਾ ਹੈ ਇੱਕ ਫਕੀਰ ਨੇ ਆ ਕੇ ਬੇਨਤੀ ਕੀਤੀ ਹੇ ਸਤਿਗੁਰੂ ਜੀ ਮੇਰੇ ਮਨ ਵਿੱਚ ਇਹ ਸ਼ੰਕਾ ਹੈ ਕਿ ਜਿਸ ਅਕਾਲ ਪੁਰਖ ਨੇ ਇਹ ਦੁਨੀਆ ਬਣਾਈ ਹੈ ਉਸ ਤੋਂ ਪਹਿਲਾਂ ਕੌਣ ਸੀ ਸਤਿਗੁਰੂ ਜੀ ਮੁਸਕਰਾਏ ਆਖਣ ਲੱਗੇ ਫਕੀਰ ਜੀ ਇਹ ਤਾਂ ਕੋਈ ਬਹੁਤ ਵੱਡਾ ਸਵਾਲ ਨਹੀਂ ਹੈ ਤੁਹਾਨੂੰ ਗਿਣਤੀ ਆਉਂਦੀ ਹੈ ਹਾਂ ਸਤਿਗੁਰੂ ਜੀ ਗਿਣਤੀ ਆਉਂਦੀ ਹੈ ਤਾਂ ਫਕੀਰ ਜੀ ਗਿਣਤੀ ਸ਼ੁਰੂ ਕਰੋ ਤਾਂ ਫਕੀਰ ਜੀ ਨੇ ਆਖਿਆ ਇੱਕ ਦੋ ਤਿੰਨ ਸਤਿਗੁਰੂ ਜੀ ਨੇ ਬਾਹਾਂ ਪਕੜ ਲਈ ਫਕੀਰ ਜੀ ਤੁਸੀਂ ਗਿਣਤੀ ਗਲਤ ਪੜ੍ਹ ਰਹੇ ਹੋ ਦੁਬਾਰਾ ਗਿਣਤੀ ਸ਼ੁਰੂ ਕੀਤੀ ਇੱਕ ਦੋ ਸਤਿਗੁਰੂ ਜੀ ਨੇ ਫਿਰ ਬਾਹਾਂ ਪਕੜ ਲਈ ਫਕੀਰ ਜੀ ਅਜੇ ਵੀ ਗਲਤ ਪੜ੍ਹ ਰਹੇ ਹੋ ਗਿਣਤੀ ਸ਼ੁਰੂ ਤੋਂ ਕਰੋ ਜਦੋਂ ਤੀਸਰੀ ਵਾਰ ਆਖਿਆ ਇੱਕ ਸਤਿਗੁਰੂ ਜੀ ਫਿਰ ਮੁਸਕਰਾਏ ਆਖਣ ਲੱਗੇ ਫਕੀਰ ਜੀ ਤੁਸੀਂ ਅਜੇ ਵੀ ਗਿਣਤੀ ਗਲਤ ਪੜ੍ਹ ਰਹੇ ਹੋ ਸ਼ੁਰੂ ਤੋਂ ਗਿਣਤੀ ਕਰੋ ਤਾਂ ਬੇਨਤੀ ਕੀਤੀ ਸਤਿਗੁਰੂ ਗਿਣਤੀ ਤਾਂ ਸ਼ੁਰੂ ਹੀ ਇੱਕ ਤੋਂ ਹੁੰਦੀ ਹੈ ਇੱਕ ਤੋਂ ਪਹਿਲਾਂ ਤਾਂ ਕੁਛ ਨਹੀਂ ਹੈ ਫਕੀਰ ਜੀ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੈ ਜਿਵੇਂ ਇੱਕ ਤੋਂ ਪਹਿਲਾਂ ਕੁਛ ਨਹੀਂ ਹੈ ਗਿਣਤੀ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਇਸੇ ਤਰ੍ਹਾਂ ਅਕਾਲ ਪੁਰਖ ਤੋਂ ਪਹਿਲਾਂ ਕੋਈ ਨਹੀਂ ਸੀ ਅਕਾਲ ਪੁਰਖ ਦਾ ਅੰਤ ਨਹੀਂ ਲਿਆ ਜਾ ਸਕਦਾ ਉਹ ਕਦੋਂ ਤੋਂ ਹੈ ਇਸ ਕਰਕੇ ਫਕੀਰ ਜੀ ਉਹ ਤਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਅਕਾਲ ਪੁਰਖ ਸ਼ੁਰੂ ਵਿੱਚ ਵੀ ਸੀ ਜੁਗਾ ਜੁਗਾਂਤਰਾਂ ਵਿੱਚ ਵੀ ਸੀ ਹੁਣ ਵੀ ਹੈ ਅਤੇ ਅਗਾਂਹ ਵਾਸਤੇ ਵੀ ਰਹੇਗਾ ਉਸਦਾ ਅੰਤ ਨਹੀਂ ਲਿਆ ਜਾ ਸਕਦਾ ਇਸੇ ਕਰਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਬਾਣੀ ਅੰਦਰ ਇਹ ਗੱਲ ਵਾਰ ਵਾਰ ਆਖਦੇ ਹਨ ਭੀ ਤੇਰੀ ਕੀਮਤ ਨਾ ਪਵੇ ਹੋਂ ਕੇਵਟ ਆਖਾਂ ਨਾਓ ਆਓ ਜੁੜ ਜਾਈਏ ਸਭ ਨਾਲ
भी तेरी कीमत ना पवे Oh.
مسو تو نہ آئی
ਕੰਚਨ ਸਿਉਂ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ। ਬਾਬਾ ਕਬੀਰ ਜੀ ਪਾਸ ਇੱਕ ਸੇਠ ਆਇਆ, ਆ ਕੇ ਬੇਨਤੀ ਕੀਤੀ, ਜੋਦਰੀ ਕੀਤੀ, ਹੇ ਭਗਤ ਜੀਓ ਮੇਰੇ ਪਾਸ ਦੁਨੀਆਂ ਦਾ ਅਥਾਹ ਧਨ ਹੈ, ਬੇਅੰਤ ਦੌਲਤ ਹੈ, ਸੋਨਾ ਹੈ, ਬਹੁਤ ਕੁਛ ਹੈ, ਪਰ ਮਨ ਨੂੰ ਸ਼ਾਂਤੀ ਨਹੀਂ ਹੈ, ਚੈਨ ਨਹੀਂ ਹੈ। ਹੇ ਭਗਤ ਜੀਓ ਮੇਰੀ ਆਪ ਪਾਸ ਬੇਨਤੀ ਹੈ, ਜੋਦੜੀ ਹੈ, ਕਿ ਇਹ ਸਾਰਾ ਧਨ ਸੋਨਾ ਆਪ ਜੀ ਰੱਖ ਲਵੋ ਤੇ ਇਸ ਦੇ ਬਦਲੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ, ਰਾਮ ਦਾ ਨਾਮ ਪਾ ਦਿਓ। ਕਬੀਰ ਸਾਹਿਬ ਜੀ ਮੁਸਕਰਾਏ, ਆਖਣ ਲੱਗੇ ਓਏ ਭੋਲਿਆ, ਰਾਮ ਦਾ ਨਾਮ ਕੋਈ ਐਵੇਂ ਮਿਲਦਾ ਹੈ? ਕਿਸੇ ਦੁਨਿਆਵੀ ਧਨ ਨਾਲ ਮਿਲਦਾ ਹੈ? ਤੂੰ ਸਵਾਹਿਰੂ ਨੂੰ ਦੁਨਿਆਵੀ ਧਨ ਨਾਲ ਖਰੀਦਣਾ ਚਾਹੁੰਦਾ ਹੈ? ਨਹੀਂ ਭਾਈ, ਸ਼ਬਦ ਉਚਾਰਿਆ, ਕੰਚਨ ਸਿਉਂ ਪਾਈਐ ਨਹੀਂ ਤੋਲ। ਕੰਚਨ ਦਾ ਅਰਥ ਹੈ ਸੋਨਾ। ਸੋਨੇ ਦੇ ਨਾਲ ਉਹ ਮੇਰਾ ਪ੍ਰਭੂ ਤੋਲਿਆ ਨਹੀਂ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ। ਹਾਂ, ਇੱਕ ਤਰੀਕਾ ਹੈ, ਅਗਲੀ ਤੁਕ, ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ, ਆਪਣੀ ਖੋਟੀ ਮਤ ਗੁਰੂ ਅੱਗੇ ਅਰਪਣ ਕਰ ਦਈਏ ਤਾਂ ਉਹ ਮੇਰਾ ਸਾਹਿਬ ਹਿਰਦੇ ਅੰਦਰ ਚੱਲਿਆ ਆਉਂਦਾ ਹੈ, ਸਾਨੂੰ ਪਿਆਰ ਕਰਦਾ ਹੈ। ਕਬੀਰ ਸਾਹਿਬ ਆਖਦੇ ਹਨ ਕਿ ਮੈਂ ਤਾਂ ਰਾਮ ਨਾਲ ਸੌਦਾ ਕੀਤਾ ਹੈ। ਕਿਵੇਂ? ਆਪਣਾ ਮਨ ਰਾਮ ਨੂੰ ਦਿੱਤਾ ਹੈ ਤੇ ਉਸਦੇ ਬਦਲੇ ਰਾਮ ਨੂੰ ਮੁੱਲ ਖਰੀਦ ਲਿਆ ਹੈ। ਮਨ ਦੇ ਰਾਮ ਲਿਆ ਹੈ ਮੋਲ, ਤੇ ਹੁਣ ਰਾਮ ਮੇਰਾ ਹੋ ਗਿਆ ਹੈ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਆਓ ਜੁੜੀਏ ਸ਼ਬਦ ਨਾਲ, ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉਂ ਪਾਈਐ ਨਹੀਂ ਤੋਲ, ਕੰਚਨ ਸਿਉਂ
ਬੰਦਗੀ ਕਰਦੇ ਹਨ, ਪ੍ਰਭੂ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਨੇ ਆਪਣਾ ਜੀਵਨ ਪ੍ਰਭੂ ਦੇ ਲੇਖੇ ਲਾ ਦਿੱਤਾ ਹੈ। ਤੇ ਆਓ ਸਤਿਗੁਰੂ ਪੰਚਮ ਪਾਤਸ਼ਾਹ ਉਹਨਾਂ ਪੁਰਖਾਂ ਬਾਰੇ, ਉਹਨਾਂ ਮਹਾਂਪੁਰਸ਼ਾਂ ਬਾਰੇ ਆਪਣੀ ਬਾਣੀ ਅੰਦਰ ਆਖਦੇ ਹਨ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਜਿਨ੍ਹਾਂ ਨੇ ਇਸ ਮਾਰਗ ਨੂੰ ਸਹੀ ਤਰੀਕੇ ਨਾਲ ਅਪਣਾ ਲਿਆ ਹੈ, ਹਿਰਦੇ ਵਿੱਚ ਵਸਾ ਲਿਆ ਹੈ, ਉਹ ਵੱਡੇ ਭਾਗਾਂ ਵਾਲੇ ਹਨ। ਤੇ ਫਿਰ ਉਹਨਾਂ ਦੇ ਕੋਟ ਜਨਮ ਕੇ ਕਿਲ ਵਿਖਨਾਸੇ, ਹਰ ਚਰਨੀ ਚਿਤਲਾਏ। ਉਹਨਾਂ ਦੇ ਕਰੋੜਾਂ ਜਨਮਾਂ ਦੇ ਪਾਪ ਧੋਤੇ ਗਏ ਹਨ। ਤੇ ਉਹ ਗੁਰੂ ਚਰਨਾਂ ਦੇ ਵਿੱਚ ਉਹਨਾਂ ਦਾ ਜੋ ਮਨ ਲੱਗ ਗਿਆ ਹੈ, ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਉਹਨਾਂ ਦੇ ਹਿਰਦੇ ਵਿੱਚ ਨਾਮ ਬਾਣੀ ਦਾ ਪ੍ਰਕਾਸ਼ ਹੋ ਗਿਆ ਹੈ। ਆਓ ਜੁੜੀਏ
संत का मार्ग धर्म की पौड़ी कोवट पागी पाए संत का मार्ग धर्म की पौड़ी कोवट पागी पाए कोट जन्म जितला रे कोटि जन्म के
دن پوری کل راتی جی جان تو
चल रहे प्रकरण विचों चल रहे सब्जेक्ट विचों दूसरा शब्द यह भी सतगुरु अर्जन देव पातशाह जी की बाणी विचों है आसा महला पंजवां जिन्हां ना विसरै नाम से कनेहा भेद ना जानो मूल साई जिहा जिन्हां नूं ओ मेरा वाहिगुरु स्वास स्वास चित आउंदा है ओ किहो जे हन ओ हन जिन्हां सास गिरास ना विसरै हर नामा मन मंत्र धन से सेई नानका पूर्ण सोई संत पूर्ण संत पूर्ण महापुरुष ओह ही है जिसके हृदय अंदर स्वास स्वास प्रभु दी याद बनी हुई है प्रभु दी बंदगी चल रही है ते उन्हां बारे सतगुरु अर्जन देव पातशाह आखदे हन भेद ना जानो मूल साई जेहा उन्हां विच ते साई विच कोई भिन्न भेद नहीं है जिन्हां दे हिरदे अंदर स्वास स्वास प्रभु दा सिमरन चलदा है उन्हां पुरखां बारे सतगुरु जी अपनी बाणी अंदर ये शब्द उच्चारण करदे हन आओ जुड़ जाइए Yeah.
ऐसे पुरुष, ऐसे बंदगी वाले महापुरुष जिन्हां दे हिरदे अंदर हर वेले प्रभु की याद बनी हुई है, जिन्हां बारे सतगुरु अर्जन देव पातशाह सुखमनी साहिब चाकते हैं ब्रह्म ज्ञानी आप परमेश्वर। उन्हां नूं ब्रह्म ज्ञानी की अवस्था प्राप्त होंदी है जो श्वास श्वास प्रभु की बंदगी करते हैं। ते फिर जे कोई ऐसे पुरखां दे नाल वैर करे, दुश्मनी करे, ईरखा करे, ते फिर सतगुरु जी उन्हां बारे भी बाणी विच लिखते हैं, संता नाल वैर कमावंदे, दुष्टा नाल मोह प्यार। जिहड़े ऐसे पुरखां नाल ईरखा करदे हन, ऐसे महापुरशां नाल दुश्मनी करदे हन, ते उन्हां दा की हाल हुंदा है? मोह काले तिन्हां निंदकां तिस सच्चे दरबार। इस दुनिया विच, इस लोक विच तां उन्हां दा मोह काला हुंदा ही है, पर लोक विच दरगाह अंदर भी उन्हां दा मोह काला हुंदा है। सतगुरु अर्जन देव पातशाह अपनी बाणी अंदर यह गल आख रहे हैं, आओ जुड़िए।
ਸਵਰ